ਕਰਤਾਰਪੁਰ ਸਾਹਿਬ ਲਾਂਘੇ ਦਾ ਦੀਦਾਰ ਜੋ ਹੁਣ ਕਈ ਅਰਦਾਸਾਂ ਤੋਂ ਬਾਅਦ ਪੂਰਾ ਹੋਣ ਜਾ ਰਿਹਾ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਾਰਤ ਅਤੇ ਪਾਕਿਸਤਾਨ ਸਰਕਾਰ ਵੱਲੋਂ ਗੁਰੂ ਨਾਨਕ ਨਾਮ ਲੇਵਾਂ ਸਿੱਖ ਸੰਗਤਾਂ ਨੂੰ ਇਹ ਸੌਗਾਤ ਦਿੱਤੀ ਗਈ ਹੈ। ਖਾਸ ਗੱਲ, ਨਾ ਹੀ ਹੁਣ ਇਸ ਦੇ ਲਈ ਪਾਸਪੋਰਟ ਦੀ ਜ਼ਰੂਰਤ ਹੋਵੇਗੀ ਅਤੇ ਨਾ ਹੀ $20 ਫੀਸ ਅਦਾ ਕਰਨੀ ਪਵੇਗੀ। ਇਮਰਾਨ ਖਾਨ ਨੇ ਦਿੱਤੀ ਦਰਸ਼ਨ ਕਰਨ ਵਾਲਿਆਂ ਨੂੰ ਛੋਟ, ਹੁਣ ਪਾਸਪੋਰਟ ਦੀ ਕੋਈ ਲੋੜ ਨਹੀਂ, ਕੋਈ ਵੀ ਵੈਧ ਸ਼ਨਾਖਤ ਕਾਰਡ ਜ਼ਰੂਰੀ, 10 ਦਿਨ ਪਹਿਲਾਂ ਰਜਿਸਟ੍ਰੇਸ਼ਨ ਦੀ ਵੀ ਨਹੀਂ ਕੋਈ ਲੋੜ। ਉਦਘਾਟਨ ਵਾਲੇ ਦਿਨ ਸ਼ਰਧਾਲੂਆਂ ਤੋਂ ਨਹੀਂ ਵਸੂਲੀ ਜਾਏਗੀ ਕੋਈ ਵੀ ਫੀਸ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਰਤਾਰਪੁਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਨੂੰ ਛੋਟ ਦਿੱਤੀ ਹੈ। ਪਹਿਲਾਂ ਉਹਨਾਂ ਨੂੰ ਇੱਥੇ ਆਉਣ ਦੇ ਲਈ ਪਾਸਪੋਰਟ ਦੀ ਲੋੜ ਨਹੀਂ ਹੋਏਗੀ, ਬਸ ਇੱਕ ਵੈਲਿਡ ID ਨਾਲ ਲਿਆਉਣਾ ਹੋਏਗਾ। ਦੂਜਾ, ਉਹਨਾਂ ਨੂੰ 10 ਦਿਨ ਪਹਿਲਾਂ ਰਜਿਸਟ੍ਰੇਸ਼ਨ ਨਹੀਂ ਕਰਾਉਣੀ ਹੋਏਗੀ ਅਤੇ ਉਦਘਾਟਨ ਵਾਲੇ ਦਿਨ ਸ਼ਰਧਾਲੂਆਂ ਤੋਂ ਕੋਈ ਫੀਸ ਨਹੀਂ ਵਸੂਲੀ ਜਾਏਗੀ। ਉਧਰ ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਜੋ ਲੋਕ ਕਰਤਾਰਪੁਰ ਕੋਰੀਡੋਰ ਦੇ ਲਈ ਭਾਰਤ ਦੇ ਅਧਿਕਾਰਕ ਜੱਥੇ ਦਾ ਹਿੱਸਾ ਨਹੀਂ ਨੇ ਜਾਂ ਜਿਨ੍ਹਾਂ ਨੂੰ ਪਾਕਿਸਤਾਨ ਤੋਂ ਸੱਦਾ ਮਿਲਿਆ, ਉਹਨਾਂ ਨੂੰ ਉੱਥੇ ਜਾਣ ਦੇ ਲਈ ਨਿਯਮਾਂ ਅਨੁਸਾਰ ਰਾਜਨੀਤਿਕ ਮਨਜ਼ੂਰੀ ਲੈਣੀ ਹੋਏਗੀ। ਮੀਡੀਆ ਰਿਪੋਰਟਸ ਵਿੱਚ ਦਾਅਵਾ ਕੀਤਾ ਗਿਆ ਕਿ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ 9 ਨਵੰਬਰ ਨੂੰ ਕਰਤਾਰਪੁਰ ਕੋਰੀਡੋਰ ਦੇ ਉਦਘਾਟਨ ਤੇ ਇਮਰਾਨ ਖਾਨ ਦਾ ਸੱਦਾ ਸਵੀਕਾਰ ਕਰ ਚੁੱਕੇ ਨੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਦੀ ਯਾਤਰਾ ਦਾ ਮਤਲਬ ਪੜੋਸੀ ਦੇਸ਼ ਦੀ ਯਾਤਰਾ ਹੀ ਹੈ ਤੇ ਇਸ ਦੇ ਲਈ ਰਾਜਨੀਤਿਕ ਮਨਜ਼ੂਰੀ ਲੈਣ ਦਾ ਆਮ ਨੇਮ ਹੀ ਲਾਗੂ ਹੋਏਗਾ। ਪਾਕਿਸਤਾਨ ਨੂੰ ਰੋਜ਼ਾਨਾ $1,00,000 ਦੀ ਆਮਦਨ ਹੋਏਗੀ। ਦੋਨਾਂ ਦੇਸ਼ਾਂ ਦੇ ਵਿੱਚ ਹੋਏ ਸਮਝੌਤੇ ਦੇ ਤਹਿਤ ਰੋਜ਼ਾਨਾ 5,000 ਸ਼ਰਧਾਲੂਆਂ ਨੂੰ ਦਰਬਾਰ ਸਾਹਿਬ ਜਾਣ ਦੀ ਇਜਾਜ਼ਤ ਹੋਏਗੀ। ਇਸ ਦੇ ਲਈ ਉਹਨਾਂ ਨੂੰ ਵੀਜ਼ਾ ਨਹੀਂ ਲੈਣਾ ਹੋਏਗਾ, ਪਰ ਪਾਸਪੋਰਟ ਜ਼ਰੂਰੀ ਹੋਏਗਾ। ਕੋਰੀਡੋਰ ਤੋਂ ਆਉਣ ਵਾਲੇ 5,000 ਸ਼ਰਧਾਲੂਆਂ ਤੋਂ ਪਾਕਿਸਤਾਨ ਨੂੰ ਰੋਜ਼ਾਨਾ $1,00,000 ਦੀ ਆਮਦਨ ਹੋਏਗੀ, ਯਾਨੀ ਇੱਕ ਸਾਲ ਵਿੱਚ ਉਸ ਨੂੰ $3,65,00,000 ਰਾਸ਼ੀ ਦੀ ਆਮਦਨ ਹੋਏਗੀ। ਵਰਤਮਾਨ ਵਿੱਚ ਡਾਲਰ ਦੀ ਤੁਲਨਾ ਵਿੱਚ ਪਾਕਿਸਤਾਨੀ ਰੁਪਏ ਦਾ ਮੁੱਲ 155.72 ਰੁਪਏ ਹੈ। ਇਸ ਹਿਸਾਬ ਨਾਲ ਰੋਜ਼ਾਨਾ ਉਸਨੂੰ 1.55 ਲੱਖ ਰੁਪਏ ਅਤੇ ਸਾਲ ਵਿੱਚ ਕਰੀਬ 6 ਅਰਬ ਰੁਪਏ ਦੀ ਕਮਾਈ ਹੋਏਗੀ। ਨਰੋਵਾਲ ਸਥਿਤ ਗੁਰਦੁਆਰਾ ਸਿੱਖ ਪੰਥ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਜੁੜਿਆ ਹੋਇਆ ਅਤੇ ਕੌਮਾਂਤਰੀ ਸਰਹੱਦ ਤੋਂ ਸਿਰਫ 4 ਕਿਲੋਮੀਟਰ ਦੂਰ ਹੈ। ਇਸ ਗੁਰਦੁਆਰੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਅੰਤਮ ਦਿਨ ਗੁਜ਼ਾਰੇ ਸਨ। ਉਹਨਾਂ ਦੀ 550ਵੀਂ ਜਯੰਤੀ ਦੇ ਮੌਕੇ ਤੇ 9 ਨਵੰਬਰ ਨੂੰ ਕਰਤਾਰਪੁਰ ਗਲਿਆਰੇ ਦਾ ਉਦਘਾਟਨ ਕੀਤਾ ਜਾਏਗਾ ਅਤੇ ਭਾਰਤ ਦੇ ਵੱਲੋਂ ਸਿੱਖ ਸ਼ਰਧਾਲੂਆਂ ਨੂੰ 10 ਨਵੰਬਰ ਤੋਂ ਇਸ ਤੀਰਥ ਸਥਲ ਦੇ ਦਰਸ਼ਨ ਕਰਨ ਦੀ ਇਜਾਜ਼ਤ ਹੋਏਗੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ 9 ਨਵੰਬਰ ਨੂੰ ਇਸ ਕੋਰੀਡੋਰ ਦਾ ਉਦਘਾਟਨ ਕਰਨਗੇ। ਤੇ ਜਰਮਨੀ ਦੀ ਚਾਂਸਲਰ ਐਂਜਲਾ ਮਾਰਕੇਲ 2 ਦਿਨੀ ਭਾਰਤ ਦੌਰੇ ਤੇ ਹਨ। ਇਸ ਦੌਰਾਨ ਉਹਨਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਨਾਲ ਮੁਲਾਕਾਤ ਕੀਤੀ ਤੇ ਰਾਸ਼ਟਰਪਤੀ ਭਵਨ ਵਿਖੇ ਉਹਨਾਂ ਦਾ ਰਸਮੀ ਤੌਰ ਤੇ ਭਰਵਾਂ ਸਵਾਗਤ ਕੀਤਾ ਗਿਆ। ਐਂਜਲਾ ਮਾਰਕੇਲ ਵੱਲੋਂ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਤੇ ਚਾਨਣਾ ਪਾਇਆ ਗਿਆ। ਉਹਨਾਂ ਕਿਹਾ ਕਿ ਜਰਮਨੀ ਤੇ ਭਾਰਤ ਦੇ ਰਿਸ਼ਤੇ ਬਹੁਤ ਗੂੜੇ ਹਨ ਅਤੇ ਉਹ ਭਾਰਤ ਦੇ ਸੱਭਿਆਚਾਰ ਨਾਲ ਕਾਫੀ ਆਕਰਸ਼ਿਤ ਹੈ। Und vom Premierminister so freundlich empfangen werde. Es ist mein 4. Besuch in Indien und ich bin sehr gespannt auf das Programm. Deutschland und Indien verbindet vieles
Wir werden über alle Aspekte unserer Regierungszusammenarbeit sprechen. Wir werden Memoranden unterzeichnen. Und dabei wird sich herausstellen, dass es eine sehr tiefe und breite Zusammenarbeit zwischen Indien und Deutschland gibt. Und natürlich sind wir voller Hochachtung vor dem großen, vielfältigen Land Indien, das ich leider nur in einem ganz kleinen Stück besuchen kann. Let me say that I'm delighted to be here in India for the fifth intergovernmental consultations, to be together with the Prime Minister as an honored guest, and I would like to thank the Prime Minister for the very warm and gracious welcome with which we have been received here. This is my fourth visit here to India and looking very much forward to this interesting program. Germany and India are linked by very close ties indeed. We have a number of discussions here issues of common interest. We shall have the opportunity also to sign a number of memoranda of understanding and other agreements, and I think that shows very clearly that we have indeed a very broad and very broad-based and deep relationship. We have been cooperating for many years, and we will build on this cooperation in the future. There's a very close relationship, as I said, between India and the Federal Republic of Germany, and we have great respect and admiration for this very vast country and its great diversity, its great variety, so that is something that we wish to build on, this relationship. Unfortunately, this time I will have only time for a very, very short visit, and I will see only a very small part of this wonderful country.